ਇੱਦਾਂ ਹੈ ਆਪਣਾ ਮਿਤੀ 12 ਤਰੀਕ ਨੂੰ ਜਿਹੜਾ ਜਿਹੜੀ ਆਪਣੀ ਜੇਲ੍ਹ ਹੈਗੀ ਆ ਪਟਿਆਲਾ ਵਿਖੇ ਉੱਥੋਂ ਇਹ ਮਨਿੰਦਰ ਸਿੰਘ ਉਰਫ ਗੰਨਾ ਪੁੱਤਰ ਸੁਖਦੇਵ ਸਿੰਘ ਵਾਸੀ ਲਵਾਣਾ ਕਰਮੋਂ ਜੋ ਕਿ ਥਾਣਾ ਨੱਬਾ ਸਰਗ ਦਾ ਪਿੰਡ ਪੈਂਦਾ ਵਾ ਉੱਥੇ ਵੱਖ ਵੱਖ ਕੇਸਾਂ ਦੇ ਵਿੱਚ ਜਿਹੜਾ ਇਹ ਆਪਣਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਮਿਤੀ 12 ਤਰੀਕ ਨੂੰ ਇਹ ਸਵੇਰੇ ਉੱਥੋਂ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਉੱਥੋਂ ਜੇਲ੍ਹ ਟੱਪ ਕੇ ਅਤੇ ਉੱਥੋਂ ਫਰਾਰ ਹੋ ਗਿਆ ਸੀਗਾ ਜਿਸ 'ਤੇ ਮਾਨਯੋਗ ਐਸ ਆਈ ਪੀ ਸਾਹਿਬ ਸ਼੍ਰੀ ਦੀਪਕ ਪਾਰਖ ਜੀ ਨੇ ਸਾਡੇ ਉਹਨਾਂ ਨੇ ਸਖ਼ਤ ਹਦਾਇਤਾਂ ਕੀਤੀਆਂ ਉਹਨਾਂ ਨੇ ਗਾਈਡਲਾਈਨ ਦੇ ਮੁਤਾਬਕ ਸਾਡੀਆਂ ਵੱਖ ਵੱਖ ਟੀਮਾਂ ਬਣਾਈਆਂ ਜਿਹਦੇ ਸੰਬੰਧ ਵਿੱਚ ਪਹਿਲਾਂ ਇਸਦੇ ਖਿਲਾਫ਼ ਐੱਫ ਆਈ ਆਰ ਥਾਣਾ ਤ੍ਰਿਪੜੀ ਵਿਖੇ ਦਰਜ ਹੋਈ ਸੀਗੀ ਅਤੇ ਉਹ ਤੋਂ ਬਾਅਦ ਟੀਮਾਂ ਬਣਾਉਣ 'ਤੇ ਜਿੱਦਾਂ ਐਸ ਐੱਚ ਓ ਸਦਰ ਗਗਨ ਚੌਂਕੀ ਇੰਚਾਰਜ ਰੋਟੀ ਇਹਨਾਂ ਦੇ ਨਾਲ ਚਮਕੌਰ ਸਿੰਘ ਵਗੈਰਾ ਸਾਰੇ ਇਸ ਟੀਮਾਂ ਬਣਾ ਕੇ ਇਹਨਾਂ ਦਾ ਪਿੱਛਾ ਕੀਤਾ ਤੋ ਜੋ ਅੱਜ ਅਸੀਂ ਇਹਨੂੰ ਆਪਣਾ ਜਿਹੜਾ 14 ਤਰੀਕ ਨੂੰ ਸਮੇਤ ਅਸੀਂ ਐੱਚ ਆਰ 31 ਐੱਮ 1666 ਮਾਰਕਾ ਹੀਰੋ ਹੋਂਡਾ ਮੋਟਰਸਾਈਕਲ ਅਤੇ ਇਹਨੂੰ ਅਸੀਂ ਕਾਬੂ ਕੀਤਾ ਜਿਹਦੇ ਵਿੱਚ ਤਲਾਸ਼ੀ ਲੈਣ 'ਤੇ ਅਸੀਂ 1000 ਜਿਹੜੀਆਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਤੋਂ ਬਰਾਮਦ ਹੋ ਚੁੱਕੀਆਂ ਨੇ ਅਤੇ ਇਹਦੇ ਜਿਹੜਾ ਅੱਗੇ ਪਹਿਲਾਂ ਵੀ ਇਹਦੇ ਕਾਫੀ ਪਰਚੇ ਦਰਜ ਨੇ ਉਹ ਕਹਿੰਦੇ 16-17 ਤੋਂ ਇਹ 2016-17 ਤੋਂ ਇਹਦੇ ਪਰਚੇ ਦਰਜ ਨੇ ਜੇਲ੍ਹਾਂ 'ਚ ਰਹਿ ਚੁੱਕਿਆ ਹੈ ਇਹਨੂੰ ਹੁਣ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਹੁਣ ਅਸੀਂ ਜਿਹੜਾ ਆਪਣਾ ਇਹਨੂੰ ਅੱਗੇ ਜਿਹੜੇ ਇਹ ਆਪਣਾ ਜੇ ਸਾਡੇ ਨਾਕੇ ਬੰਦੀ ਕੀਤੀ ਹੋਈ ਸੀ ਟੀਪਗੜ੍ਹ ਫੈਜ਼ਗੜ੍ਹ ਪਿੰਡ ਪੈਂਦਾ ਫੈਜ਼ਗੜ੍ਹ ਥਾਣਾ ਸਦਰ ਵਿੱਚ ਅਤੇ ਉੱਧਰੋਂ ਇਹ ਜੌਲੀਆਂ ਸਾਈਡ ਜਿਹੜਾ ਜੋ ਕਿ ਤੁਹਾਨੂੰ ਪਤਾ ਭਵਾਨੀਗੜ੍ਹ ਜਿੱਥੇ ਨਸ਼ਾ ਵਗੈਰਾ ਵਿਕਦਾ ਕਾਫੀ ਜੌਲੀਆਂ ਪਿੰਡ 'ਚ ਉਸ ਸਾਈਡ ਤੋਂ ਇਹ ਮੋਟਰਸਾਈਕਲ ਤੋਂ ਆ ਰਿਹਾ ਸੀਗਾ ਅਤੇ ਉੱਥੇ ਪੁਲਿਸ ਨੇ ਇਹਨੂੰ ਕਾਬੂ ਕੀਤਾ ਜੋ ਫਿਲਹਾਲ ਇਹ ਤਫਤੀਸ਼ ਜਾਰੀ ਹੈ ਬਟ ਜੋ ਮੁੱਢਲੀ ਇਹਨੇ ਤਫਤੀਸ਼ ਦਿੱਤੀ ਆ ਵੀ ਉੱਥੋਂ ਇਹ ਭੱਜ ਕੇ ਬਾਈ ਬੱਸ ਇਹ ਬਾਇਆ ਸੰਗਰੂਰ ਹੋ ਕੇ ਜੀਂਦ ਚਲੇ ਗਿਆ ਸੀ ਇਹ ਜੀਂਦ ਤੋਂ ਇਹ ਆਪਣੇ ਇੱਕ ਕਿਸੇ ਰਿਸ਼ਤੇਦਾਰ ਦਾ ਉੱਥੇ ਨਾਈਟ ਸਟੇਅ ਕੀਤਾ ਉੱਥੋਂ ਉਹਦਾ ਮੋਟਰਸਾਈਕਲ ਧੱਕੇ ਨਾਲ ਲੈ ਕੇ ਉਹ ਉੱਥੋਂ ਉਹਦਾ ਮੋਟਰਸਾਈਕਲ ਲੈ ਕੇ ਆ ਗਿਆ ਸੀਗਾ ਅਤੇ ਅੱਗੇ ਤਫਤੀਸ਼ ਹੁਣ ਪਤਾ ਲੱਗੂ ਇਹਨੇ ਕੀ ਕੀਤਾ ਅਤੇ ਕੀ ਕਿੱਥੇ ਇਹਨੇ ਜਾਣਾ ਸੀ ਜੇਲ੍ਹ ਦੇ ਵਿੱਚੋਂ ਜਦੋਂ ਭੱਜਿਆ ਉਹ ਇੱਕ ਵਾਰ ਇਹ ਨਾਕਾਮ ਵੀ ਗਿਰ ਗਿਆ ਕੰਨ ਤੋਂ ਉਹਦੇ ਸੱਟਾਂ ਹਾਂ ਉਹਨੇ ਦੱਸਿਆ ਬਾਕੀ ਤਾਂ ਉਹਨੇ ਦੱਸਿਆ ਸੱਟਾਂ ਵੀ ਇਹਦੇ ਲੱਗੀਆਂ ਜਦੋਂ ਕਿਉਂਕਿ ਤੁਹਾਨੂੰ ਪਤਾ ਦੀਵਾਰ ਜਿਹੜੀ ਹੈ ਬਹੁਤ ਉੱਚੀ ਹੁੰਦੀ ਆ ਜਦੋਂ ਇਹ ਗਿਰਿਆ ਤਾਂ ਇਹਦੇ ਦੋਹੇ ਪੈਰਾਂ 'ਤੇ ਸੱਟਾਂ ਲੱਗੀਆਂ ਪੈਰ ਠੋਕ ਗਏ ਅਤੇ ਈਵਨ ਕਿ ਇਹਦੇ ਲੈਫਟ ਜਿਹੜੀ ਆਈ 'ਤੇ ਆ ਸੱਟ ਵੀ ਲੱਗੀ ਆ ਜਿਹਨੂੰ ਅਸੀਂ ਆਪਣਾ ਮੈਡੀਕਲ ਦਵਾਰਿਆਂ ਨਾਲ ਜੇਲ੍ਹ 'ਚੋਂ ਭੱਜਣਾ ਬਹੁਤ ਮੁਸ਼ਕਲ ਹੁੰਦਾ ਚੱਕਵਾਂ ਦੇ ਕੇ ਕਿਵੇਂ ਭੱਜਿਆ ਦੇਖੋ ਉੱਥੇ ਕੋਈ ਏਸੀ ਦੀ ਜੋ ਦੱਸਿਆ ਏਸੀ ਦੀ ਤਾਰ ਨੂੰ ਕਿਉਂਕਿ ਉਸ 'ਚ ਉੱਪਰ ਵਾਇਰ ਕਰੰਟ ਵੀ ਹੁੰਦਾ ਪਰ ਇਹਨੇ ਇਸ ਰਿਸਕ ਲੈ ਕੇ ਕਿਉਂਕਿ ਨਸ਼ੇ ਦਾ ਕਾਫੀ ਸੇਵਨ ਵੀ ਕਰਦਾ ਸੀਗਾ ਪਰ ਉੱਥੇ ਜੇਲ੍ਹ 'ਚ ਮਿਲਦਾ ਨਹੀਂ ਸੀਗਾ ਇਹਨੂੰ ਅਤੇ ਘਰ ਵੀ ਜਿਵੇਂ ਦੱਸਿਆ ਇਹਨੇ ਵੀ ਮੈਨੂੰ ਪੈਸਿਆਂ ਦੀ ਪ੍ਰੋਬਲਮ ਸੀਗੀ ਉਹ ਮਨ 'ਚ ਆਇਆ ਅਤੇ ਉਸ ਕਰਕੇ ਜਿਹੜਾ ਇਹ ਜੇਲ੍ਹ 'ਚ ਭੱਜਿਆ ਪ੍ਰੋਡਕਸ਼ਨ ਵਾਰਡ ਦੇ ਸੰਗਰੂਰ ਪੁਲਿਸ ਵੀ ਇਹਨੂੰ ਲੈ ਗਈ ਸੀਗੀ 10 ਤਰੀਕ ਨੂੰ ਜੇਲ੍ਹ 'ਚ ਵਾਪਸ ਆਇਆ ਅਤੇ 12 ਉਹਨਾਂ ਨੇ ਭੱਜਿਆ ਕੋਈ ਇਸ ਤਰ੍ਹਾਂ ਕੁਛ ਕੋਈ ਸਾਹਮਣੇ ਆਇਆ ਕੋਈ ਇਹਨੇ ਇਹਦੇ ਵੱਖ ਵੱਖ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਇਹਦੇ ਪਹਿਲਾਂ ਕਾਫੀ ਪਰਚੇ ਦਰਜ ਨੇ ਚੋਰੀਆਂ ਦੇ ਖੋਹਾਂ ਦੇ ਤੋ ਫਿਰ ਵੱਖ ਵੱਖ ਜਿਹੜੇ ਥਾਣੇ ਲੋੜੀਂਦੇ ਵੀ ਹੁੰਦੇ ਨੇ ਅਤੇ ਅੱਗੇ ਉਹ ਤਫਤੀਸ਼ ਦਾ ਜਿਹੜਾ ਨਾਭਾ ਜਿਵੇਂ ਜਿਹੜੇ ਇਹਦੇ ਖਿਲਾਫ਼ ਕੋਈ ਚੋਰੀ ਦੇ ਹੋਰ ਮੁਕੱਦਮੇ ਦਰਜ ਨੇ ਹਾਂਜੀ ਦਰਜ ਨੇ ਭਾਸੋਂ ਦਰਜ ਨੇ ਬਾਕੀ ਹੁਣ ਤਫਤੀਸ਼ ਜਾਰੀ ਆ ਅੱਗੇ ਜੋ ਇਹਦੇ ਕੋਈ ਗੱਲ ਸਾਹਮਣੇ ਤੁਹਾਨੂੰ ਸ਼ੇਅਰ ਕੀਤੀ ਜਾਊ ਕੋਈ ਸਾਥੀ ਇਹਦੇ ਹੋਰ ਕੋਈ ਹਾਂਜੀ ਉਹੀ ਇਹਦੇ ਸਾਥੀ ਦੱਸ ਰਿਹਾ ਅੱਗੇ ਤਫਤੀਸ਼ ਤੁਹਾਨੂੰ ਕਿਹਾ ਨੈਕਸਟ ਟਾਈਮ ਦੱਸਾਂ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ